ਜਾਂ ਮਿਸਟਰ ਨੌਜਵਾਨ ਦੇ ਲਈ ਇਹ ਜੋ ਠੰਡੀ ਠੰਡੀ ਪ੍ਰੋਸਰ ਆਪਣੀ ਕੋਲ ਇਹ ਜੋ ਠੰਡੀ ਠੰਡੀ ਆਉਂਦੀ ਕਮਲ ਦਾ ਫੁੱਲ ਖਿੜੇਗਾ ਇਹ ਜੋ ਠੰਡੀ ਠੰਡੀ ਆਉਂਦੀ ਹੈ ਕਮਲ ਦਾ ਫੁੱਲ ਖਿੜੇਗਾ ਮੈਂ ਤਾਂ ਆ ਗਿਆ ਮੈਂ ਤਾਂ ਆ ਗਿਆ ਮੋਦੀ ਦਾ ਸੁਨੇਹਾ ਲੈ ਕੇ ਆ ਕਮਲ ਦਾ ਫੁੱਲ ਖਿੜੇਗਾ ਉਹ ਮਨ ਵਿੱਚ ਫੁੱਲ ਖਿੜੇਗਾ ਉਹ ਮਨ ਵਿੱਚ ਫੁੱਲ ਖਿੜੇਗਾ ਜਦੋਂ ਕਿਤੇ ਮੁਹੱਬਤ ਦਾ ਵੀ ਬੀਜ ਦਿੱਤਾ ਫਿਰ ਜਦੋਂ ਕਮਲ ਦਾ ਫੁੱਲ ਸਮਾਜਿਕ ਦੀ ਤਰ੍ਹਾਂ ਖਿੜੇਗਾ ਫਿਰ ਆਪਾਂ ਦਰਸ਼ਨ ਮਨਾਵਾਂਗੇ ਕੋਸ਼ਿਸ਼ ਕਰਾਂਗੇ ਮੋਦੀ ਸਾਹਿਬ ਜ਼ਰੂਰ ਆਓ ਅਮਰੀਕਾ ਆਦੇਸ਼ ਹੁਕਮ ਮੰਨਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਦੁਬਾਰਾ ਘੁਮਾਉਣਾ ਹੀ ਨਹੀਂ ਹੁੰਦਾ ਹੁਕਮ ਹੋ ਗਿਆ ਬੈਕਅਪ ਕਰੋ ਚਾਹੇ ਜਿੱਥੇ ਦੁਨੀਆਂ ਦੇ ਕੋਲ ਤੇ ਡਿਊਟੀ ਲੱਗ ਜਾਏ ਅਤੇ ਕੋਈ ਐਂਬੀਸ਼ਨ ਵੀ ਨਹੀਂ ਅਤੇ ਕਾਰਿਆਕਰਤਾ ਮੈਂ ਛੋਟਾ ਜਿਹਾ ਨਾ ਲਈ ਸਾਹਿਬ ਜੀ ਨੇ ਬੁਲਾਇਆ ਥੋੜੀਆਂ ਗੱਲਾਂ ਕੀਤੀਆਂ ਇਹ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਜੋ ਆਪਣਾ ਮਹਿਬੂਬ ਮੈਂ ਉਹਨਾਂ ਨੂੰ ਆਪਣਾ ਮਹਿਬੂਬ ਵੀ ਮੰਨਦਾ ਮਹਿਬੂਬ ਉਹ ਹੁੰਦਾ ਜੋ ਇੰਨਾ ਕੁ ਪਿਆਰ ਦੇਵੇ ਉਹਨਾਂ ਲੋਕਾਂ ਨੂੰ ਜਿਹੜੇ ਇਗਨੋਰਡ ਨੇ ਲੋਨਲੀ ਨੇ ਮੈਂ ਜਦੋਂ ਹੰਭ ਗਿਆ ਸੀ ਸੰਘਰਸ਼ ਕਰ ਕਰਕੇ ਸਾਰੀਆਂ ਪਾਰਟੀਆਂ ਨਾਲ ਮਿਲਣਾ ਵਰਤਣਾ ਤਕਲੀਫ ਆਣੇ ਉਹਨਾਂ ਨੂੰ ਫਿਰ ਨੋਟ ਕੀਤਾ ਕਿ ਬੰਦਾ ਤਾਂ ਰੱਬ ਦਾ ਠੀਕ ਹੈ ਇਹ ਖੱਜਲ ਖਰਾਬ ਬੜਾ ਹੋ ਗਿਆ ਬੀਜੇਪੀ ਦੀਆਂ ਦੋ ਹੋਣ ਨਾ ਸੀਟਾਂ ਉੱਥੇ ਫਿਰ ਪੂਰੇ ਦਾ ਪੂਰਾ ਹੀ ਮੰਨ ਲੈਂਦੀ ਹੁੰਦੀ ਬੀਜੇਪੀ ਤੁਸੀਂ ਦੇਖਿਆ ਪਹਿਲਾਂ ਪਾਰਲੀਮੈਂਟ 'ਚ ਦੋ ਸੀਟਾਂ ਸੀਗੀਆਂ ਦਿੱਲੀ ਇੱਕ ਬੀਜੇਪੀ ਦੇ ਵੀ ਦਿਨ ਸਨ ਨਾ ਜੋ ਸਿਰਫ ਦੋ ਪੰਜਾਬ 'ਚ ਵੀ ਦੋ ਆਉਂਦੀਆਂ ਗੁਰਦਾਸਪੁਰੋਂ ਹੁਸ਼ਿਆਰਪੁਰੋਂ ਹੁਣ ਮਾਲਕ ਦੀ ਦਇਆ ਨਾਲ ਬਹੁਤ ਬਖਸ਼ਿਸ਼ ਹੋਣੀ ਆ ਕਿਉਂਕਿ ਮੈਂ ਦੇਖਿਆ ਪਿੰਡਾਂ 'ਚ ਵੀ ਇਹ ਮੈਸੇਜ ਪਹੁੰਚ ਗਿਆ ਕਿ ਜਿੰਨੀਆਂ ਸਕੀਮਾਂ ਗਰੀਬਾਂ ਤੋਂ ਲੈ ਕੇ ਕਿਸਾਨਾਂ ਤੱਕ 2-2 ਹਜ਼ਾਰ ਅਕਾਊਂਟ 'ਚ ਆਉਂਦਾ ਕਿਸੇ ਤੋਂ ਮਕਾਨ ਬਣੀ ਜਾਂਦੇ ਆ ਕਿਸੇ ਦੀ ਗੈਸ ਚੁੱਲ੍ਹੇ ਆ ਕੋਈ 5 ਲੱਖ ਰੁਪਈਆ ਇਹਦੇ ਲਈ ਇਲਾਜ ਲਈ ਗਰੀਬਾਂ ਨੂੰ ਮਿਲ ਰਿਹਾ ਅਤੇ ਮੇਰੇ ਖਿਆਲ ਹੁਣ ਲੋਕਾਂ ਨੇ ਵੈਸੇ ਵੀ ਵੇਖ ਲਿਆ ਕਿ ਹਰ ਪਾਰਟੀ ਨੂੰ ਵੇਖ ਲਿਆ ਪਰਖ ਲਿਆ ਹੁਣ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਜਿਹੜੀ ਜਿੱਥੇ ਜਿੱਥੇ ਬੀਜੇਪੀ ਦਾ ਸਟੇਟ 'ਚ ਰਾਜ ਹੋਇਆ ਯੂਪੀ ਦੇ ਦੇਖ ਲਓ ਕਿਆ ਨਵਾਰ ਹੀ ਬਦਲ ਗਏ ਉੱਥੇ ਦਿਨੇ ਮੂਵ ਕਰਨਾ ਮੁਸ਼ਕਿਲ ਸੀ
ਧੀਆਂ ਬੇਟੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ, ਲੋਅ ਐਂਡ ਆਰਡਰ ਨਹੀਂ ਸੀ, ਕੁਛ ਨਹੀਂ ਸੀ ਬਣਿਆ ਹੋਇਆ। ਹਰਿਆਣਾ ਦੇ ਵੱਲੋਂ ਕਿਸਾਨੀ ਦੀ ਗੱਲ ਕੀਤੀ, ਕਿਸਾਨੀ ਦੀ ਗੱਲ ਕੀਤੀ, ਕਿਸਾਨੀ ਦਾ ਵਿਰੋਧ ਬੜਾ ਦੇਖਣ ਨੂੰ ਮਿਲ ਰਿਹਾ ਜੀ। ਹਟ ਜਾਏਗਾ, ਠੀਕ ਹੋ ਜਾਏਗਾ, ਠੀਕ ਹੋ ਜਾਏਗਾ। ਲੱਗਦਾ ਕਿ ਕੌਣ ਸਟੈਂਡ 'ਤੇ ਆਪਦੇ ਸਹੀ ਹੈ? ਹਾਂਜੀ, ਆਪਦੇ ਸਟੈਂਡ 'ਤੇ ਕੌਣ ਸਹੀ ਹੈ, ਕਿਸਾਨ ਸਹੀ ਹੈ ਜਾਂ ਸਰਕਾਰ ਸਹੀ ਹੈ? ਜਦੋਂ ਇਕੱਠੇ ਬੈਠਣਗੇ ਨਾ 1-to-1, ਉਦੋਂ ਸਾਰੀਆਂ ਗਲਤ ਫਹਿਮੀਆਂ, ਮੇਰੀ ਕੋਸ਼ਿਸ਼ ਆ ਕਿ ਸਾਹਿਬ ਜੀ ਖੁਦ ਇੱਕ ਵਾਰੀ ਇਹਨਾਂ ਨਾਲ ਬੈਠਣ, ਫਿਰ ਠੀਕ ਹੋ ਜਾਏ। ਕਦੋਂ ਤੱਕ ਜ਼ਰੀਆ ਬਣ ਕੇ ਜਾਊਂਗੇ ਜੀ? ਹਾਂਜੀ, ਕਦੋਂ ਜ਼ਰੀਆ ਬਣ ਕੇ ਜਾਊਂਗੇ ਤੁਸੀਂ? ਜਦੋਂ ਮੈਂ ਜ਼ਰੀਆ ਬਣਨ ਦੇ ਕਾਬਲ ਹੋ ਗਿਆ। ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ, ਅੱਜ ਮੈਂ ਕਹਿ ਕੇ ਆਇਆ ਵਿੱਚ, ਮੈਂ ਕਿਹਾ ਜਿਤਨੇ ਤੁਹਾਡੇ ਪ੍ਰੋਮੀਨੈਂਟ ਕਿਸਾਨ ਲੀਡਰ ਆ, ਮਾਲਕ ਉਹਨਾਂ ਦੀ 1000 ਬਰਸ ਉਮਰ ਕਰੇ, ਉਹ ਜਿਉਂਦੇ ਨੇ ਨਾ? ਕਹਿੰਦੇ ਹਾਂ ਜਿਉਂਦੇ। ਪੁੱਛੋ ਉਹਨਾਂ ਨੂੰ, 5 ਉਹ ਲੀਡਰ, 1 ਭੈਣ ਜੀ ਸੀਗੇ ਨਾਲ, 6 ਦੀ ਪਰਮਿਸ਼ਨ ਮੈਂ ਲੈ ਲਈ ਸੀ PM ਸਾਹਿਬ ਨਾਲ ਬੈਠਣ ਦਾ। ਇਹਨਾਂ ਨੇ 5-6 ਵਜੇ ਮੋਬਾਈਲ ਹੀ ਔਫ ਕਰਤੇ। ਕੋਈ ਹੋ ਗਈ ਗਲਤ ਫਹਿਮੀ, ਲੇਕਿਨ ਕੋਈ ਕਹਿੰਦਾ, ਕਿਸੇ ਨੇ ਪੁੱਛਿਆ ਕਿ ਜੀ ਮੇਰਾ ਮਹਿਬੂਬ ਮੈਨੂੰ ਪਿਆਰ ਨਹੀਂ ਕਰਦਾ। ਉਹ ਕਹਿੰਦੇ ਪਿਆਰ ਕਰੇਗਾ, ਉਹਦੀ ਥੋੜ੍ਹੀ ਪਿਆਰ ਦੀ ਮਿਕਦਾਰ ਵਧਾ ਦੇ। ਸੋ ਅਸੀਂ ਕਰਦੇ ਰਹਿਣਾ, ਮੈਂ ਫੁੱਲ ਸਿੱਟਦੇ ਰਹਿਣਾ, ਮੈਂ ਮਿਹਨਤਾਂ ਸ਼ਪੈਤਾਂ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਐਂਡ ਆਫ ਦਾ ਡੇ ਮੇਰਾ ਦਿਲ ਕਰਦਾ ਪੰਜਾਬ ਜਿੱਦਾਂ ਦਾ ਹੁੰਦਾ ਸੀ ਉੱਦਾਂ ਦਾ ਬਣ। ਫਰੀਦਕੋਟ 'ਚ ਕਿਹਦੇ ਨਾਲ ਮੁਕਾਬਲਾ ਕਹਿੰਦੇ ਜੇ ਦੇਖਿਓ ਤਾਂ? ਮੈਂ ਤਾਂ ਆਪਣੀ ਜ਼ਿਆਦਾ ਗੱਲ ਕਰਦਾ, ਜੇ ਕਿਸੇ ਹੋਰ ਹਲਕਾ ਮੈਨੂੰ ਮਿਲਦਾ ਨਾ, ਮੈਂ ਬੜਾ ਆਵਾਜ਼ਾਰ ਹੋ ਜਾਂਦਾ ਹੁੰਦਾ, ਪਰੇਸ਼ਾਨ, ਪੈਨਿਕ ਜਿਹਾ, ਔਰ ਸਿਹਤ ਵੀ ਈਵਨ ਖਰਾਬ ਹੋ ਜਾਂਦਾ। ਜਿੱਦਣ ਤੱਕ ਫਰੀਦਕੋਟ ਆਏ ਹਾਂ, ਕੋਈ ਚਿੰਤਾ ਹੀ ਨਹੀਂ, ਜਿੱਤਣ ਹਾਰਨ ਵਾਲੀ ਚਿੰਤਾ ਹੀ ਨਹੀਂ। ਇੱਥੇ ਦੇ ਨੌਕਰ ਹੋਣਾ ਬਹੁਤ ਵੱਡੀ ਗੱਲ ਹੈ, ਇੱਥੇ ਦੇ ਗੁਲਾਮ ਹੋਣਾ ਬੜੀ ਵੱਡੀ ਗੱਲ ਹੈ। ਬਾਬਾ ਫਰੀਦ ਦਾ ਸ਼ਹਿਰ, 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਧਰਤੀ, ਉੱਥੇ ਮੈਂ ਅਕਸਰ ਜ਼ਿਕਰ ਕਰਦਾ, ਗੀਤਾ ਭਵਨ 'ਚ ਗਏ, ਉੱਥੇ ਮਹਾਤਮਾ ਬੈਠੇ ਸੀ, ਲਿਖ ਕੇ ਰੱਖਿਆ, ਇਸ 9 ਵਜੇ ਇਸ ਦਿਨ ਇਸ ਸਥਾਨ 'ਤੇ ਆ ਸਰੀਰ ਤਿਆਗਣਾ। ਇਹ ਤਾਂ ਰੂਹਾਨੀਅਤ ਲਈ ਬੜੀ ਕਮਾਲ ਧਰਤੀ ਹੈ। ਇੱਥੇ ਨਾ ਨੈਗੇਟਿਵ ਸੋਚਣਾ, ਨਾ ਬੋਲਣਾ, ਉਹ ਮੇਰੇ ਜਿਹੜੇ ਵਿਰੋਧ ਕਹਿ ਦਿੰਦੇ, ਵਿਰੋਧ 'ਚ ਜਿਹੜਾ ਆਪਣੀਆਂ ਗੱਲਾਂ ਲੈ ਕੇ ਖੜ੍ਹੇ ਹੋਏ ਨੇ ਦੂਸਰੀ ਪਾਰਟੀਆਂ 'ਚ, ਉਹ ਵੀ ਆਰਟਿਸਟ ਨੇ। ਆਰਟਿਸਟ ਅੱਛਾ ਬੋਲਦੀ, ਚੰਗਾ ਲੱਗਦੀ। ਥੈਂਕ ਯੂ।